hypermetropia ਇਹਨੂੰ ਅਸੀਂ farsightedness ਵੀ ਕਹਿੰਦੇ ਆ ਇਹਦੇ ਵਿੱਚ ਸਾਨੂੰ ਨੇੜੇ ਦੇ ਆਬਜੈਕਟਸ ਕਲੀਅਰ ਨਹੀਂ ਦਿਖਦੇ ਪਰ ਦੂਰ ਦੇ ਆਬਜੈਕਟਸ ਕਲੀਅਰ ਦਿਖਦੇ ਆ ਸੋ ਇਹ ਦੋ ਤਰ੍ਹਾਂ ਨਾਲ ਹੋ ਸਕਦਾ ਇੱਕ ਤਾਂ ਇਹ 40 years ਤੋਂ ਬਾਅਦ ਇੱਕ ਨਾਰਮਲ ਫੀਨੋਮਨਾ ਹੈ ਉਹਨੂੰ ਅਸੀਂ presbyopia ਵੀ ਕਹਿ ਦਿੰਦੇ ਆ ਕਿ ਇਹ ਹੋਣਾ ਹੀ ਹੋਣਾ ਹੈ ਜੇ 40 ਸਾਲ ਦੀ ਏਜ ਤੋਂ ਬਾਅਦ 40 ਸਾਲ ਤੋਂ ਪਹਿਲਾਂ ਜਿਹੜੇ ਬੱਚਿਆਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਉਹਨਾਂ ਦੇ ਵਿੱਚ ਆਈ ਦੀ ਸ਼ੇਪ ਜਿਹੜੀ ਹੁੰਦੀ ਹੈ ਉਹ ਛੋਟੀ ਹੁੰਦੀ ਹੈ ਨਾਰਮਲ ਨਾਲੋਂ ਜਾਂ ਫਿਰ ਆਈ ਬਾਲ ਦੇ ਵਿੱਚ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਜਿੰਦੇ ਕਰਕੇ ਕੀ ਉਹ ਜਿਹੜੀਆਂ ਕਿਰਨਾਂ ਹੈ ਉਹ ਪ੍ਰੋਪਰ ਨਹੀਂ ਪੈਂਦੀਆਂ ਰੈਟਨਾ ਦੇ ਉੱਪਰ ਸੋ ਇਨ ਦਾ ਟਰੀਟਮੈਂਟ ਕਿਵੇਂ ਹੈ ਇਨ ਦਾ ਟਰੀਟਮੈਂਟ ਵੀ ਪਹਿਲਾਂ ਤਾਂ ਗਲਾਸਸ ਹੀ ਯੂਜ਼ ਕਰਨੇ ਜਾਂ ਕੰਟੈਕਟ ਲੈਂਸਸ ਹੈ ਬਟ 18 ইয়ারਸ ਤੋਂ ਬਾਅਦ ਇਸ ਦੇ ਵਿੱਚ ਵੀ ਅਸੀਂ ਲੇਸਿਕ ਕਰ ਸਕਦੇ ਹਾਂ ਪਰ ਜਿਹੜੀ ਲਾਸਟ ਹੈ 40 ইয়ারਸ ਤੋਂ ਬਾਅਦ ਜਦੋਂ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਫਿਰ ਸਾਨੂੰ ਸਿਰਫ ਨੇੜੇ ਦਾ ਚਸ਼ਮਾ ਯੂਜ਼ ਕਰਨਾ ਪੈਂਦਾ ਉਦੋਂ ਦੂਰ ਵੇਲੇ ਸਾਨੂੰ ਚਸ਼ਮਾ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਨਜ਼ਦੀਕ ਦਾ ਜਦੋਂ ਅਸੀਂ ਚੈੱਕ ਕਰਨਾ ਤਾਂ ਉਦੋਂ ਚਸ਼ਮਾ ਲਗਾ ਕੇ ਕੁਝ ਕੰਮ